ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਇਸ ਪਾਵਨ ਅਸਥਾਨ ਦੇ ਨੇੜੇ ਵਗਦੀ ਵੇਈ ਨਦੀ ਦੇ ਕਿਨਾਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹਰ ਰੋਜ਼ ਇਸ਼ਨਾਨ ਕਰਨ ਜਾਇਆ ਕਰਦੇ ਸਨ ਤੇ ਇਸੇ ਪਾਵਨ ਅਸਥਾਨ ਨਾਲ ਹੀ ਗੁਰੂ ਪਾਤਸ਼ਾਹ ਜੀ ਦੀ ਵੇਈ ਨਦੀ ਵਿੱਚ ਅਲੋਪ ਹੋਣ ਦੀ ਘਟਨਾ ਜੁੜੀ ਹੋਈ ਹੈ ਜਿੱਥੇ ਗੁਰੂ ਜੀ ਵੇਈ ਨਦੀ ਵਿੱਚ 72 ਘੰਟੇ ਤੱਕ ਅਲੋਪ ਰਹੇ ਸਨ ਸੁਲਤਾਨਪੁਰ ਲੋਧੀ ਦੀ ਆਮ ਜਨਤਾ ਅਨੁਸਾਰ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਪਾਣੀ ਦੀਆਂ ਲਹਿਰਾਂ ਦੇ ਨਾਲ ਵਹਿ ਗਏ ਸਨ ਪਰ ਸਿਰਫ ਬੇਬੇ ਨਾਨਕੀ ਜੀ ਨੂੰ ਆਪਣੇ ਪਰਮੇਸ਼ਰ ਰੂਪੀ ਵੀਰ ਦਾ ਪਤਾ ਸੀ ਕਿ ਗੁਰੂ ਜੀ ਨਦੀ ਵਿੱਚ ਡੁੱਬੇ ਨਹੀਂ ਉਹ ਜ਼ਰੂਰ ਵਾਪਸ ਆਉਣਗੇ ਅਤੇ ਹੋਇਆ ਵੀ ਇੰਝ ਹੀ ਲਗਭਗ 3 ਦਿਨਾਂ ਬਾਅਦ ਗੁਰੂ ਪਾਤਸ਼ਾਹ ਜੀ ਨਦੀ ਦੇ ਕਿਨਾਰੇ ਆ ਕੇ ਬੈਠ ਗਏ ਜਿੱਥੇ ਹੁਣ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੁਭਾਇਮਾਨ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਰਮਾਤਮਾ ਦੇ ਦਰਬਾਰ ਵਿਚਲੀ ਇਸ ਯਾਤਰਾ ਨੂੰ ਜਨਮ ਸਾਖੀਆਂ ਵਿੱਚ ਪੂਰਨ ਤੌਰ ਤੇ ਬਿਆਨ ਕੀਤਾ ਗਿਆ ਹੈ ਜ਼ਿਕਰ ਮਿਲਦਾ ਹੈ ਕਿ ਜਦੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਪਹਿਲੀ ਉਦਾਸੀ ਲਈ ਜਾਣ ਲੱਗੇ ਤਾਂ ਗੁਰੂ ਪਾਤਸ਼ਾਹ ਜੀ ਦਾ ਇੱਕ ਮੁਸਲਮਾਨ ਸ਼ਰਧਾਲੂ ਸਾਈਂ ਖਰਬੂਜੇ ਸ਼ਾਹ ਜੀ ਬਹੁਤ ਦਿਲਗੀਰ ਹੋਏ ਜਿਸ ਤੇ ਗੁਰੂ ਜੀ ਨੇ ਇੱਕ ਬੇਰੀ ਦੀ ਦਾਤਣ ਗੱਡ ਕੇ ਨਿਸ਼ਾਨੀ ਵਜੋਂ ਦਿੱਤੀ ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਪਿੱਛੇ ਇੱਕ ਬਹੁਤ ਵੱਡੇ ਦਰਖਤ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਜੀ ਦੀ ਯਾਦ ਵਿੱਚ ਹੁਣ ਵੀ ਮੌਜੂਦ ਹੈ ਇਹ ਬੇਰੀ ਦੀ ਦਾਤਣ ਭਾਈ ਭਗੀਰਥ ਜੀ ਮਲਸੀਆਂ ਵਾਲੇ ਲੈ ਕੇ ਆਏ ਸਨ ਇਸ ਪ੍ਰਸੰਗ ਦਾ ਵੇਰਵਾ ਗੁਰੂ ਨਾਨਕ ਪ੍ਰਕਾਸ਼ ਵਿੱਚ ਨਿਮਨ ਲਿਖਿਤ ਅਨੁਸਾਰ ਹੈ ਆਪਨ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਨ ਆਨ ਕਰੀ ਗਾਢ ਦਈ ਤਰ ਹੋਤ ਪਯੋ ਤਰ ਹੈ ਅਬ ਲੋ ਬਰ ਸੋ ਬਦਰੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਅਸਥਾਨ ਦੇ ਹੇਠਾਂ ਭੋਰਾ ਸਾਹਿਬ ਵੀ ਸਥਿਤ ਹੈ ਹਰ ਰੋਜ਼ ਵੇਈ ਨਦੀ ਵਿੱਚੋਂ ਇਸ਼ਨਾਨ ਕਰਨ ਉਪਰੰਤ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਭੋਰਾ ਸਾਹਿਬ ਵਾਲੇ ਅਸਥਾਨ ਤੇ ਨਿਤਨੇਮ ਕਰਿਆ ਕਰਦੇ ਸਨ ਤੇ ਅਕਾਲ ਪੁਰਖ ਜੀ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ ਇਸ ਤਰ੍ਹਾਂ ਗੁਰੂ ਜੀ ਨੇ 14 ਸਾਲ 9 ਮਹੀਨੇ ਤੇ 13 ਦਿਨ ਭੋਰਾ ਸਾਹਿਬ ਜੀ ਦੇ ਇਸ ਮੁਕੱਦਸ ਅਸਥਾਨ ਤੇ ਤਪ ਕੀਤਾ ਇਸ ਤਪ ਅਸਥਾਨ ਦੀ ਨਿਸ਼ਾਨੀ ਵਜੋਂ ਇੱਥੇ ਇੱਕ ਥੜਾ ਵੀ ਹੈ ਜਿੱਥੇ ਗੁਰੂ ਪਾਤਸ਼ਾਹ ਜੀ ਬਿਰਾਜਦੇ ਸਨ ਹੁਣ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉੱਪਰ ਹਰ ਸਾਲ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਇੱਥੇ ਯਾਤਰਾ ਲਈ ਆਉਂਦੇ ਹਨ ਤੇ ਹਰ ਮੱਸਿਆਂ ਉੱਪਰ ਇੱਥੇ ਭਾਰੀ ਜੋੜ ਮੇਲਾ ਵੀ ਲੱਗਦਾ ਹੈ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ